ਪਿੱਛੇ ਮੋੜ ਮਾਹੀ ਰੱਖ ਦੇ ਰੱਖਾ ਤਾਂ ਬੈਂਡ ਵੀ ਚਲਾਉਂਦੇ ਆ ਪਿੱਛਾ ਮਾਹੀ ਦੀ ਸਿੱਕੀ ਬਣਾ ਰਹੇ ਚਾਚਾ ਦਵਾਈ ਤੁਹਾਡੀ ਹਾਂ ਤੇ ਕਿਤਨੇ ਕੁ ਦਿਨ ਦੀ ਸੋਈ ਹੋਈ ਹੋਈ ਕੱਲ ਮਲੂਮ ਤਾਂ ਗਣਿਆ ਦੇ ਆਉਂਦੀ ਜਿਹੜੀ ਥੋੜ੍ਹੀ ਕੱਲ ਸੂਈ ਕੱਟੀ ਦੇ ਫਾੜ ਦੇ ਨਾੜਾ ਨੂੜਾ ਹੁੰਦਾ ਲਾਏਗੀ ਤੇ ਕਿਤਵੇਂ ਸੂਏ ਕਿਤਵੇਂ ਪੱਕੀ ਪਈ ਨਾ ਅੱਛਾ ਮੈਂ ਤਾਂ ਮਲੂਮ ਆਉਂਦੀ ਇਹੀ ਜਿਵੇਂ ਤਰੀ ਹੈ ਸੂਆ ਦੂਆ ਸੂਆ ਪਈ ਲੈਣ ਪੱਕੀ ਅੱਛਾ ਤੇ ਮੈਂ ਲੇਟ ਬਣਾਈ ਹੋਈ ਜਿਵੇਂ ਤੇ ਦੁੱਧ ਕਿਤਨਾ ਕਰ ਰਹੇ ਜੀ ਮਾਈ ਕੋਲ 26-27 ਕਿਲੋ ਦੁੱਧ ਚਾਚੇ ਨੂੰ ਗੱਲ ਕਰਨ ਦੇ ਅੱਛਾ ਬਾਈ ਤੁਸੀਂ ਕਿਤਨਾ ਤੁਸੀਂ ਬੋਲ ਰਿਹਾ ਦੁੱਧ ਦੱਸ ਰਿਹਾ ਕਿਤਨਾ ਸਹੀ ਜਿਹੜਾ ਪੱਕਾ ਦੇ ਰਹੀ ਉਹ ਦੱਸੋ ਨਾ ਪੱਕਾ ਦੁੱਧ ਇਸ ਟਾਈਮ 16 ਕਿਲੋ ਮਾਈ ਕਰ ਰਹੀ ਕੱਟੀ ਨੂੰ ਛੱਡ ਕੇ ਕੱਟੀ ਨੂੰ ਛੱਡ ਕੇ 16 ਲੀਟਰ ਅੱਛਾ ਤੇ ਹੋਰ ਤਕਰੀਬਨ ਕੱਟੀ ਨੂੰ ਕਿਤਨਾ ਛੱਡਦੇ ਹੋ ਕੱਟੀ ਨੂੰ ਦੋ ਗਾੜੀ ਦੇ ਛੱਡਦੇ ਪਿਛਲੇ ਦੋ ਥਾਂ ਦਾ 8 ਕਿਲੋ ਟਾਈਮ ਦਾ ਦੁੱਧ ਦੇ ਮਾਈ ਅੱਛਾ 8 ਕਿਲੋ ਟਾਈਮ ਦਾ ਦੁੱਧ 4-5 ਕੱਲ ਪਰਸੋਂ ਦੀ ਸੂਈ ਤੁਸੀਂ ਅੱਛਾ ਥੱਲੇ ਕੱਟੀ ਹੈ ਇਹਦੀ ਕੀਮਤ ਕੀ ਹੈ ਕੀਮਤ ਮੈਂ 12.5 ਲੱਖ ਰੁਪਇਆ ਚਾਚਾ ਕੋ ਜਾਂਦੀ ਕਾਰ ਕੋ ਕਾਲ ਕਰਨ ਵਾਲੀ ਕਾਰ ਇਤਨੀ ਤਾਂ 12 ਲੱਖ ਦੀ ਤਾਂ ਚਾਚਾ ਜਿਹੜੀ
35 ਕਿਲੋ ਦਿੰਦੀ ਉਹ ਵੀ ਕਾਇ ਨਹੀਂ ਹੈ 35 ਕਿਲੋ ਨਹੀਂ ਵੇਚਣਾ ਅਸੀਂ ਮਾਜ ਵੇਚਣਾ ਅੱਛਾ ਨਹੀਂ ਕੋਈ ਜਿਹੜੀ ਸਹੀ ਦੇਵਾਂ ਵਾਲੀ ਜਿਹੜੀ ਗੱਲ ਤੁਸੀਂ ਫੈਨ ਨਾਲ ਜੀ ਵੀ ਇਤਨੇ ਤੁਸੀਂ ਘਾਟ ਨਹੀਂ ਦੇਣੀ ਸ਼ਾਇਦ ਕਿ ਸਾਡਾ ਦੋਸਤ ਤੁਹਾਡੇ ਨਾਲ ਰابطਾ ਕਰੇ ਫੋਨ ਨੰਬਰ ਤੁਸੀਂ ਆਪਦਾ ਦੇਣਾ ਵਿੱਚ ਤੇ ਮੁੜ ਜਿਹੜੀ ਜਾਇਜ਼ ਜਾਇਜ਼ ਕਰਨ ਵਾਲੀ ਗੱਲ ਹੋ ਤੇ ਫੋਨ ਤੇ ਆਪਾਂ ਰابطਾ ਕਰ ਲੈ ਸੀ ਨਾ ਜੀ ਉਹਨਾਂ ਨਾਲ ਮੁੜ ਜਾਇਜ਼ ਕਰ ਲੈ ਚਲੋ ਮੈਂ ਤਾਂ ਮੁੜ ਤੁਸੀਂ ਹਾਲੀ ਤੇ ਨਾ ਦੇਵਾਂ ਵਾਲੀ ਗੱਲਾਂ ਕਰਦੇ ਪਏ ਹਾਂ ਨਾ ਦੇਵਾਂ ਤਾਂ ਮੁੱਲ ਦਿੰਦਾ ਸੀ 30 35 ਦੀ ਮੰਗਦੇ ਪਏ 1 ਕਰੋੜ ਮੰਗੀ ਜਾਂਦੇ ਆ ਅਸੀਂ ਅਗਲੇ ਨਹੀਂ ਨੰਬਰ ਵੇੜੋ ਆਪਦਾ ਦੇ ਛੱਡੋ ਮੁੜ ਤਾਂ ਅਗਲੇ ਬੱਚੋ 0343 ਹਾਂਜੀ 0343 ਜੀ 4930 ਪੂਰਾ 100 0343 4930 ਪੂਰਾ 100 ਚਲੋ ਠੀਕ ਹੈ ਜੀ ਅਸੀਂ ਤਾਂ ਮੁੜ ਜੇ ਕਿਸੇ ਨੂੰ ਪਸੰਦ ਆਈ ਤਾਂ ਜ਼ਰੂਰ ਨੰਬਰ ਤਾਂ ਤੁਹਾਡੇ ਨਾਲ ਰਾਬਤਾ ਕਰ ਸੀ ਲੇਕਿਨ ਰੇਟ ਤੁਹਾਡਾ ਚੰਗਾ ਮਾਸ਼ਾਅੱਲਾ ਹੈ ਵੀ ਬੋਲੇ ਨੇ ਮਾਈ ਨੂੰ ਤਾਂ ਵੇਖ ਮਾਈ ਨੂੰ ਵੇਖਿਆ ਜੀ ਅੱਛਾ ਠੀਕ ਹੈ ਸੋਹਣੀ ਤੈਨੂੰ